ਸੋ ਇਸ ਗੇਮੇ ਲਈ ਤੁਹਾਨੂੰ ਇੱਕ ਟਾਰਗੇਟ ਦਿੱਤਾ ਜਾਂਦਾ ਆ। ਉਹ ਤੂੰ ਕਰ ਲੈ ਹੁਣ ਅੱਗੇ ਵੀਰੇ, ਅੱਗੇ ਕਰ ਲੈ, ਕਦ ਕਿਹੜਾ ਤਮਾਸ਼ਾ ਲਾਇਆ। 165 ਵੀ ਗਿਆ ਮਸਲ ਦਾ ਟਸ। ਹਾਂਜੀ ਅੱਬੇ, ਕੀ ਹਾਲ ਚਾਲ ਹੈ ਸਾਰੇ ਵਧੀਆ। ਸੋ ਹਾਜ਼ਰ ਆ ਨਵਾਂ ਵਲੌਗ ਲੈ ਕੇ, ਤੇ ਅੱਜ ਦਾ ਵਲੌਗ ਥੋੜਾ ਕੁ ਨਿਰਾਸ਼ਾ ਪੂਰਵਕ ਹੀ ਆਇਆ, ਕਿਉਂਕਿ ਮੇਰੇ ਨਾਲ ਦੋਨੋਂ ਮਸਲ ਜਿਹੜੇ ਬਹੁਤ ਸ਼ੋਲਡਰਸ ਦੇ ਮਸਲ ਆ ਸਟਿਫ ਸੀਗੇ, ਸੋ ਉਹਦੇ ਕਰਕੇ ਜਮਾਂ ਹੀ ਇੰਜਰਡ ਹੋਏ ਪਏ ਆ। ਮਤਲਬ ਇੰਜਰੀ ਵੀ ਨਹੀਂ ਕਹਿ ਸਕਦੇ, ਸਮਝ ਨਹੀਂ ਆਉਂਦਾ ਕੀ ਕਹੀਏ, ਬਿਲਕੁਲ ਵੀ ਇੱਦਾਂ ਨਹੀਂ ਕਰ ਹੋ ਰਹੇ। ਪਿਛਲੇ ਪਾਸਟ 10 ਦਿਨਾਂ ਤੋਂ ਵੱਧਦਾ ਮੈਂ ਨਿਊਟ੍ਰੀਸ਼ਨਲੀ ਇਹਨਾਂ ਨੂੰ ਰਿਕਵਰ ਕਰ ਰਿਹਾ ਸੀ, ਬਟ ਨਹੀਂ ਹੋ ਰਹੇ ਸੀਗੇ। ਸੋ ਅੱਜ ਦਾ ਜਿਹੜਾ ਜਿਮ ਸਕੈਜੂਲ ਹੈ, ਕੁਛ ਨਹੀਂ ਪਤਾ ਉਹ ਵੀ ਲੱਗੂਗਾ ਜਾਂ ਨਹੀਂ ਲੱਗੂਗਾ। ਜਿਮ ਪਹਿਲਾਂ ਆਪਾਂ ਥੈਰੇਪੀ ਕਰਾਵਾਂਗੇ, ਦੈਨ ਫਿਰ ਜਿਮ ਲਈ ਸਿਚੁਏਸ਼ਨ ਦੇਖਾਂਗੇ ਕਿ ਹਾਂ ਵੀ ਆਪਣੀ ਜਿਮ ਲਾਉਣ ਵਾਲੀ ਸਿਚੁਏਸ਼ਨ ਹੈ ਜਾਂ ਨਹੀਂ ਹੈ। ਜੋ ਵੀ ਹੋਊਗਾ ਤੁਹਾਨੂੰ ਨਾਲ ਨਾਲ ਰੱਖਦੇ ਹਾਂ, ਕਿੱਦਾਂ ਕਿੱਦਾਂ ਥੈਰੇਪੀ ਹੁੰਦੀ, ਕਿੱਦਾਂ ਕਿੱਦਾਂ ਨਹੀਂ। ਅਤੇ ਬਾਕੀ ਇਸ ਵਲੌਗ 'ਚ ਇੱਕ ਬਹੁਤ ਘੈਂਟ ਅਨਾਊਂਸਮੈਂਟ ਆ, ਬਣੇ ਰਹੋ। ਅਤੇ ਬਾਕੀ ਫੇਸ 'ਤੇ ਹਲੇ ਨਾ ਜਾਇਓ, ਹੌਲੀ ਹੌਲੀ ਵਾਲ ਗਰੋ ਕਰਦੇ ਆ। ਕੈਪ ਤੋਂ ਮੈਨੂੰ ਖਿੱਚ ਬਹੁਤ ਚੜ੍ਹਦੀ ਆ, ਸੋ ਹੌਲੀ ਹੌਲੀ ਰਿਮੂਵ ਕਰਨੀ ਆ ਆਪਾਂ। ਬਟ ਆਲ ਗੁੱਡ ਹੋ ਚੁੱਕੇ ਆ, ਮਗਿਆਰੇ ਜੋਗੇ ਹੋ ਚੁੱਕੇ ਆ। ਬਟ ਫੇਸ ਨਾਲੋਂ ਜ਼ਿਆਦਾ ਕਨੈਕਸ਼ਨ ਹਮੇਸ਼ਾ ਆਡੀਅੰਸ ਦਾ ਅਤੇ ਆਪਣਾ ਹੋਣਾ ਚਾਹੀਦਾ ਆ। ਸੋ ਜਿਹੜਾ ਕਿ ਬਹੁਤ ਵਧੀਆ ਚੱਲ ਰਿਹਾ, ਇੱਦਾਂ ਸਪੋਰਟ ਕਰਦੇ ਰਹੋ। ਉਸੇ ਕਰਕੇ ਇੱਕ ਵਿੱਚ ਅਨਾਊਂਸਮੈਂਟ ਹੈ, ਉਹਨੂੰ ਦੇਖਣਾ ਨਾ ਭੁੱਲਿਓ। ਘਰੋਂ ਹਲੇ ਨਿਕਲੇ ਹੀ ਸੀ ਅਤੇ ਸਿੱਧਾ ਹੀ ਫੋਨ ਆ ਗਿਆ ਡੈਡ ਦਾ ਕਿ ਡਾਕਟਰ ਸਾਹਿਬ ਆਏ ਹੋਏ ਆ, ਬੱਚੀ ਦੇ ਟੀਕਾ ਲਵਾ ਕੇ ਜਾਓ। ਸੋ ਪਹਿਲਾਂ ਟੀਕਾ ਲਵਾ ਲਈਏ ਬੱਚੀ ਦੇ, ਅਤੇ ਥੋੜ੍ਹਾ ਬਹੁਤਾ ਤੁਹਾਨੂੰ ਫਾਰਮ 'ਤੇ ਆ ਕੇ ਦਿਖਾਉਂਦੇ ਹਾਂ, ਅਤੇ ਜਾ ਕੇ ਟੀਕਾ ਲਵਾ ਕੇ ਅਤੇ ਫੇਰ ਚੱਲਦੇ ਹਾਂ ਹੁਣ। ਪਹਿਲੇ ਗੋਹਾ ਕਰਨ ਲੱਗ ਪਈਆਂ। ਸੋ ਟੀਕਾ ਲਵਾਉਣ ਆਏ ਹਾਂ। ਸਭ ਤੋਂ ਪਹਿਲਾਂ ਕੰਮ ਜਾਂਦੇ ਜਾਂਦੇ ਪਿੱਛੋਂ ਆਵਾਜ਼ ਪੈ ਗਈ ਕਿ ਪਹਿਲਾਂ ਬੱਸੀ ਕੇ ਟੀਕਾ ਲਵਾ ਕੇ ਜਾਇਆ ਜਾਏ। ਜੀ ਜੀ ਸ਼ਕਤੀਮਾਨ, ਉਹ ਪਹਿਲੇ ਗੋਹਾ ਕਰਨ ਲੱਗ ਪਈਆਂ ਅੱਧੀਆਂ। ਭਰਾਵਾ ਇਹਨਾਂ ਨੇ ਦੇਖੇ ਅਣਜਾਣ ਬੰਦੇ ਆ, ਕਦੇ ਆਏ ਹੀ ਨਹੀਂ। ਬਸ ਜੀ ਚਲ, ਇੰਨੇ ਕੰਮ ਸੀ। ਨਾਈਸ। ਸੋ ਡਾਕਟਰ ਸਾਹਿਬ ਜਾਂਦੇ ਹੋਏ ਟੈਂਟਣੇ। ਸੋ ਡਾਕਟਰ ਸਾਹਿਬ ਗਏ ਆ ਚੱਲ, ਅਤੇ ਹੁਣ ਆਪਾਂ ਚੱਲੀਏ ਸਿੱਧਾ ਥੈਰੇਪੀ ਵਾਲੇ ਕੋਲ, ਅਤੇ ਉੱਥੇ ਆ ਕੇ ਹੁਣ ਦੇਖਦੇ ਹਾਂ ਵੀ ਕੀ ਪ੍ਰੋਬਲਮ ਪਈ ਆ ਅਤੇ ਕੀ ਨਹੀਂ ਪਈ। ਸੋ ਕਪਿੰਗ ਥੈਰੇਪੀ ਵਾਲੇ ਕੋਲ ਚੱਲੇ ਹਾਂ, ਪਹਿਲੀ ਵਾਰੀ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਥੈਰੇਪੀ ਕਰਾਉਣ ਲੱਗਾ ਹਾਂ, ਅਤੇ ਬਾਕੀ ਦੇਖਦੇ ਹਾਂ ਕੀ ਰਿਜ਼ਲਟ ਆਉਂਦੇ ਕੀ ਨਹੀਂ। ਸਾਹਮਣੇ ਬੱਦਲ ਦੇਖੋ। ਸੋ ਜਲੰਧਰ ਕਾਫੀ ਵੈਦਰ ਖਰਾਬ ਆ, ਅਤੇ ਉਹਦੇ ਕਰਕੇ ਨਾ ਆਪਣਾ ਜਿਹੜਾ ਥੈਰੇਪਿਸਟ ਉਹ ਕਿਸੇ ਪਾਸੇ ਫਸ ਗਿਆ, ਅਤੇ ਆਪਾਂ ਨੂੰ ਵੀ ਕਾਫੀ ਟਾਈਮ ਹੋ ਗਿਆ ਮਤਲਬ ਘਰੋਂ ਨਿਕਲੇ ਹੋਏ, ਕਿਉਂਕਿ ਰਾਹ ਫਾਟਕ ਲੱਗ ਗਿਆ। ਅਤੇ ਬਟ ਮੈਂ ਕਿਹਾ ਕੋਈ ਚੱਕਰ ਨਹੀਂ, ਜਦੋਂ ਤੱਕ ਵੀ ਆ ਹੁੰਦਾ ਤੇ ਹੁਣ, ਕਿਉਂਕਿ ਹੋਰ ਕੋਈ ਆਪਸ਼ਨ ਨਹੀਂ ਆ, ਮਸਲ ਬਿਲਕੁਲ ਵੀ ਹੈ ਨਾ ਜ਼ੋਰ ਨਹੀਂ ਭਰ ਰਹੇ। ਇਸ ਤੋਂ ਅੱਗੇ ਜਿਹੜੀ ਸੈਕਿੰਡ ਰਿਕੁਐਸਟ ਸੀ ਆਪਾਂ ਕਰਨੀ ਤੁਹਾਨੂੰ, ਉਹ ਸੀਗੀ ਇੰਸਟਾਗ੍ਰਾਮ 'ਤੇ ਵੀ ਆਪਣੀ ਸਪੋਰਟ ਪੂਰੀ ਰੱਖਿਓ, ਕਿਉਂਕਿ ਆਪਾਂ ਤੁਹਾਡੇ ਕਰਕੇ ਯੂਟਿਊਬ 'ਤੇ ਬਿਲਕੁਲ ਰੈਗੂਲਰ ਹੋ ਰਹੇ ਹਾਂ। ਇੱਕ ਦੋ ਦਿਨ ਛੱਡ ਕੇ ਵਲੌਗ ਆਈ ਜਾਂਦਾ, ਇੱਕ ਦੋ ਦਿਨ ਛੱਡ ਕੇ ਅਨਾਊਂਸਮੈਂਟ ਹੀ ਦੱਸਿਆ ਜਾਊਗਾ ਕਿ ਕੀ ਅਨਾਊਂਸਮੈਂਟ ਹੈ। ਅਤੇ ਸਬਸਕ੍ਰਾਈਬ ਕਰ ਲਓ ਜਿੰਨੇ ਵੀ ਵੀਰੇ ਆਪਣੇ ਦੇਖਦੇ ਆ ਯੂਟਿਊਬ ਚੈਨਲ 'ਤੇ, ਕਿਉਂਕਿ ਵਿਊਜ਼ ਬਹੁਤ ਚੱਲ ਜਾਂਦੇ ਆ, ਸਬਸਕ੍ਰਾਈਬ ਨਾਲੋਂ ਕਾਫੀ ਘੱਟ ਆ। ਬਟ ਇੱਕ ਟਾਰਗੇਟ ਆ ਜਿਹੜਾ ਅਨਾਊਂਸਮੈਂਟ ਜੀ ਦੱਸਿਆ ਜਾਊਗਾ, ਉਹ ਆਫਟਰ ਥੈਰੇਪੀ ਦੱਸਾਂਗੇ। ਚਲੋ ਹੁਣ ਸਿੱਧਾ ਵੇਟ ਕਰਦੇ ਹਾਂ ਜਾਂ ਕੀ ਹੁੰਦਾ ਆ ਦਿਖਾਉਂਦੇ ਤੁਹਾਨੂੰ ਅੱਗੇ ਜਾਂਦੇ ਜਾਂਦੇ। ਕਰੋ ਚੈੱਕ ਬੱਦਲ, ਓਏ ਹੋਏ ਹੋਏ, ਲੱਗਦਾ ਅੱਗੇ ਤਾਂ ਹਨੇਰੀ ਪਿਆ ਬਾਬਾ ਜੀ। ਓਏ ਹੋਏ ਹੋਏ, ਚਲੋ ਥੋੜ੍ਹਾ ਕੁ ਠੰਡ ਤਾਂ ਪਊ। ਹਾਂਜੀ, ਇੱਦਾਂ ਦਾ ਮੌਸਮ ਦੇਖ ਕੇ ਵੀ ਖੁਸ਼ੀ ਮਿਲਦੀ ਹੈ ਇੰਨੀ ਗਰਮੀ 'ਚ। ਪਤਾ ਨਹੀਂ ਜਨਤਾ ਨੂੰ ਅੱਜ ਹੋਇਆ ਕੀ ਆ, ਅੱਧੇ ਤਾਂ ਅੱਜ ਨਾ ਸਕੂਲ ਜਿੱਦਾਂ ਨਿਆਣੇ ਲੈਣ ਜਾਂਦੇ ਪੇਰੈਂਟਸ ਜਿਹੜੇ ਹੁੰਦੇ ਆ, ਉਹਦਾ ਵਿਚਾਰੇ ਦਾ ਪੈਰ ਪੂਰ ਪਾੜ ਗਿਆ ਲੱਗਦਾ। ਉਹ ਤੂੰ ਕਰ ਲੈ ਹੁਣ ਅੱਗੇ ਵੀਰੇ, ਅੱਗੇ ਕਰ ਲੈ, ਕਦ ਕਿਹੜਾ ਤਮਾਸ਼ਾ ਲਾਇਆ। ਤਮਾਸ਼ੇ ਦੇਖਣ ਨੂੰ ਇੱਕ ਭੈਣ 'ਚ ਪਤਾ ਨਹੀਂ ਕੀ ਕਰਨਾ ਆ। ਤੇ ਪਤਾ ਨਹੀਂ ਇੰਨੇ ਪੇਰੈਂਟਸ ਵੀ ਆ ਨਾ, ਇੰਨੇ ਪਾਗਲ ਵਾਂਗੂ ਡਰਾਈਵ ਕਰਦੇ ਕਹਿਣ ਦੀ ਹੱਦ ਨਹੀਂ ਯਾਰ। ਜਦੋਂ ਪਿੱਛੇ ਨਿਆਣਾ ਬਿਠਾਇਆ ਹੁੰਦਾ ਯਾਰ, ਕੁਛ ਤੇ ਜ਼ਿੰਮੇਵਾਰੀ ਸਮਝ ਲਓ। ਪਤਾ ਨਹੀਂ ਕੀ ਹੋ ਜਾਂਦਾ ਕਿ ਪਤਾ ਨਹੀਂ ਕਿਹੜੀ ਭੱਜ ਨੱਠ ਲਾਈ ਜਾਂਦੀ, ਸਪੀਡਾਂ ਨੱਪ ਲੈਂਦੇ ਆ ਕਿ ਮੈਂ ਅੱਗੇ ਮੈਂ ਅੱਗੇ, ਨਿਆਣੇ ਕਰਦੇ ਫਿਰ ਚੰਗੇ ਲੱਗਦੇ। ਪੇਰੈਂਟਸ ਵੀ ਵਿੱਚ ਹੀ ਸਾਨੂੰ ਘੱਟੋ ਘੱਟ ਪਿਛਲੇ 4-5 ਕਿਲੋਮੀਟਰ ਤੋਂ ਅਸੀਂ ਖੁਦ ਬਚਦੇ ਆ ਰਹੇ ਹਾਂ ਕਿ ਲੈ ਆਹ ਵੱਜਣ ਲੱਗਾ, ਇਹ ਆਹ ਵੱਜਣ ਲੱਗਾ, ਆਹ ਐਂਡ 'ਤੇ ਆ ਗਿਆ, ਆਹ ਭੋਗ ਪੈ ਗਿਆ। ਇੰਨੀ ਵੇਟ ਹੋ ਗਈ ਆ ਨਾ ਥੈਰੇਪਿਸਟ ਨੇ, ਇੰਨੀ ਕੁ ਵੇਟ ਕਰਾਤੀ ਆ। 2:14 ਹੋ ਗਿਆ ਸਾਡਾ ਟਾਈਮ ਸੀਗਾ 12:30 ਦਾ, ਆਪ ਸੋਚ ਲਓ 2:15 ਹੋ ਗਿਆ, ਇੱਟ ਮੀਨਸ 2 ਘੰਟਿਆਂ ਦੀ ਵੇਟ ਹੋ ਚੁੱਕੀ ਆ। ਦਿੱਤੀ ਤਾਂ ਗੇੜੀ ਆ, ਕਹਿੰਦਾ ਪਾਣੀ ਭਰ ਗਿਆ ਸੀ ਤਾਂ ਸਿੰਪਥੀ ਦੇ ਤੌਰ 'ਤੇ ਕਹਿਤਾ ਕਿ ਬਾਈ ਚੱਲ ਕੋਈ ਗੱਲ ਨਹੀਂ, ਪਰ ਦਿੱਤੀ ਤਾਂ ਗੇੜੀ ਹੁਣ ਆ ਰਿਹਾ ਆ, ਬਹੁਤ ਛੇਤੀ ਆ ਰਿਹਾ। ਅਤੇ ਆਪਾਂ ਆ ਗਏ ਸੀ ਉਹਨਾਂ ਟਾਈਮ NST, ਇਹਦੇ ਬਿਲਕੁਲ ਓਪੋਜ਼ਿਟ ਜਿੱਥੇ ਇਹ ਆ, ਇਹਦੇ ਬਿਲਕੁਲ ਓਪੋਜ਼ਿਟ ਹੈ ਨਾ ਉਹ ਆ ਥੈਰੇਪੀ ਸੈਂਟਰ। ਅਤੇ ਬਾਕੀ ਹਲੇ ਬਣਦਾ ਆ,
ਵੀਰੇ ਨੇ ਹਲੇ ਸਟੱਡੀ ਪੂਰੀ ਕੀਤੀ ਹੈ ਤੇ ਹਲੇ ਬਣ ਰਿਹਾ ਆ ਤੇ ਕੰਪਲੀਟ ਹਲੇ 2-3 ਦਿਨਾਂ ਤੱਕ ਹੋਣਾ ਹੈ, ਬਟ ਤੁਹਾਨੂੰ ਉਹਦਾ ਅੱਜ ਕੰਮ ਦਿਖਾਵਾਂਗੇ, ਕੰਮ ਦਿਖਾ ਕੇ ਤੇ ਉਹਦੀ ਹਰੇਕ ਡਿਟੇਲ ਦੇਵਾਂਗੇ ਤੇ ਮੋਢੇ ਮੇਰੇ ਸੱਚੀ ਇੰਨੇ ਕੁ ਦੁਖਦੇ, ਜ਼ਿੰਦਗੀ 'ਚ ਪਹਿਲੇ ਹੀ ਕਰਾਉਣ ਲੱਗਾ, ਬੰਦੇ ਤਾਂ ਹੋਰ ਵੀ ਆਪਣੇ ਹੱਥ 'ਚ ਸੀਗੇ, ਬਟ ਮੈਂ ਕਦੇ ਕਰਾਇਆ ਨਹੀਂ, ਮੈਂ ਕਿਹਾ ਲੋੜ ਹੀ ਕੀ ਹੈ, ਐਵੇਂ ਕਾਹਨੂੰ ਕਰੀ ਜਾਣਾ ਜਦ ਲੋੜ ਹੀ ਨਹੀਂ, ਪਹਿਲੇ ਹੀ ਲੋੜ ਪਈ ਆ। ਤੇ 3 ਵਜੇ ਦਾ ਟਾਈਮ ਸੀਗਾ ਮੇਰਾ ਜਿਮ ਦਾ, ਮੈਂ ਸੋਚਿਆ ਸੀਗਾ 3 ਵਜੇ ਟਰਾਈ ਕਰਕੇ ਦੇਖਾਂਗੇ ਜੇ ਜਿਮ ਲੱਗਦਾ ਆ, ਵਰਕਆਊਟ ਲੱਗਦਾ, ਬਿਕੋਜ਼ ਅੱਜ ਪੁਸ਼ ਡੇ ਸੀਗਾ ਤੇ ਜੇ ਲੱਗਦਾ ਫੇਲ ਆਉਣਾ ਸੀਗਾ ਤੇ, ਬਟ ਹੁਣ 3 ਤੇ ਇੱਥੇ ਬਾਅਦ ਚੱਲੇ, ਹੁਣ ਕੁਛ ਨਹੀਂ ਪਤਾ ਕੀ ਕੀ ਹੋਣਾ ਤੇ ਕੀ ਕੀ ਨਹੀਂ, ਨਾਲ ਬਣੇ ਰਹੋ, ਜੋ ਵੀ ਹੋਊਗਾ ਤੁਹਾਨੂੰ ਦੱਸਾਂਗੇ। ਜਿੰਨੇ ਵਜੇ ਵੀ ਜਿਮ ਜਾਂਦੇ ਆ ਜਾ ਕੇ ਟਰਾਈ ਮਾਰਦੇ ਆ, ਟਰਾਈ ਤਾਂ ਮਾਰਾਂਗੇ ਬਟ ਪਤਾ ਨਹੀਂ ਹੁਣ ਟਾਈਮ ਕਿਹੜਾ ਹੋਊਗਾ ਜਾਂ ਕਿਹੜਾ ਨਹੀਂ, ਕਿੰਨਾ ਟਾਈਮ ਆਪਾਂ ਨੂੰ ਆਪਣੀ ਥੈਰੇਪੀ ਨੂੰ ਲੱਗਦਾ, ਹਲੇ ਵੀ ਉਹ ਵੀਰਾ 15-20 ਮਿੰਟ ਕਹਿ ਰਿਹਾ, ਬਟ ਕੁਛ ਨਹੀਂ ਪਤਾ, ਚਲੋ ਬਾਕੀ ਦਿਖਾਉਣੇ। ਸੋ ਆਪਣੇ ਥੈਰੇਪਿਸਟ ਆ ਗਏ ਤੇ ਆਪਾਂ ਜਿਹੜੀ ਅਨਾਉਂਸਮੈਂਟ ਆ ਹੁਣ ਬਿਲਕੁਲ ਇਹ ਤੋਂ ਬਾਅਦ ਆ ਰਿਕਾਰਡ ਹੋ ਚੁੱਕੀ ਆ ਅਨਾਉਂਸਮੈਂਟ, ਕਰਿਓ ਇੰਜੋਏ, ਬਹੁਤ ਵਧੀਆ ਸਟੈਪ ਆ ਤੁਹਾਡੇ ਲਈ ਇੱਕ ਵਾਰੀ ਫੇਰ ਤੋਂ। ਤੇ ਚਲੋ ਹੁਣ ਤੁਸੀਂ ਆਪਣੀ, ਉਹ ਤੁਹਾਡਾ ਭਲਾ ਹੋ ਜੇ, ਇੱਥੇ ਕਿੱਥੇ ਆ ਓਏ, ਇੱਥੇ ਤਾਂ ਇਹਨਾਂ ਨੇ ਹਲੇ ਪੂਰਾ ਉਹ ਬੱਲੇ, ਬਾਬਾ ਕਿਹੜੇ ਪਾਸੇ ਤੂੰ ਆ ਬੈਠਾ, ਹਲੇ ਸਫਾਈ ਹੋਣੀ ਆ, ਹਲੇ ਪੂਰਾ ਆਪਣਾ ਬਣੂਗਾ ਕਲੀਨਿਕ, ਹਲੇ ਪੂਰਾ ਬਣ ਰਿਹਾ ਆ ਪੂਰਾ ਚੰਗੀ ਤਰ੍ਹਾਂ, ਹਲੇ ਇੱਥੇ ਨਾ ਜਾਇਓ, ਹਲੇ ਦੇਖੋ ਪੂਰਾ ਰੈਡੀ ਹੋ ਰਿਹਾ ਆ। ਤੇ ਵੱਧ ਤੋਂ ਵੱਧ 2 ਦਿਨਾਂ ਦਾ ਟਾਈਮ ਆ, ਇਹ ਤੋਂ ਵੱਧ ਟਾਈਮ ਨਹੀਂ ਲੱਗਣਾ, ਬਸ ਮੇਨ ਹੁੰਦਾ ਆ ਨੌਲੇਜ। ਤੇ ਵੀਰੇ ਨੇ ਬਹੁਤ ਟਾਈਮ ਲਾਇਆ, ਬਾਈ ਮੈਨੂੰ ਜਾਣਦਾ ਘੱਟੋ ਘੱਟ 6-7 ਸਾਲਾਂ ਤੋਂ, ਪਹਿਲਾਂ ਪ੍ਰੋਪਰ ਜਿਮਿੰਗ ਕਰਦਾ ਹੁੰਦਾ ਸੀ, ਟ੍ਰੇਨਿੰਗ ਦਿੰਦਾ ਹੁੰਦਾ ਸੀ, ਨਾਲ ਦੀ ਨਾਲ ਸਟੱਡੀ ਕਰਦਾ ਹੁੰਦਾ ਸੀ, ਅਤੇ ਬਹੁਤ ਜ਼ਿਆਦਾ ਸਟੱਡੀ ਤੋਂ ਬਾਅਦ ਹੁਣ ਵੀਰਾ ਫਾਈਨਲੀ ਆਪਣੇ ਪ੍ਰੋਫੈਸ਼ਨ 'ਚ ਆ ਚੁੱਕਾ ਆ, ਬਹੁਤ ਹਾਰਡਵਰਕ ਕੀਤਾ ਆ, ਬਹੁਤ ਦੂਰ ਦੂਰ ਤੱਕ ਨੌਲੇਜ ਗੇਨ ਕੀਤੀ ਆ, ਅਤੇ ਹੁਣ ਅੱਜ ਬਾਈ ਦਾ ਫਾਈਨਲੀ ਰਿਜ਼ਲਟ ਦੇਖਾਂਗੇ ਅਤੇ ਤੁਹਾਨੂੰ ਦੱਸਾਂਗੇ। ਵੀਰੇ ਮੇਰੇ ਮੋਢੇ ਬਹੁਤ ਦੁਖਦੇ ਆ, ਬਸ ਅੱਜ ਕਰ ਦੀ ਗਏ ਤਰੀਕੇ ਸੈੱਟ ਬੈੱਟ, ਉਹ ਲਾਈਵ ਤੁਹਾਡੇ ਨਾਲ ਡਿਸਕਸ ਕਰਨ ਲੱਗੇ ਹਾਂ ਬਾਈ ਨਾਲ। ਬਾਈ ਆਪਣੇ ਨਾ ਪ੍ਰੋਬਲਮ ਇੱਦਾਂ ਆ ਰਹੀ ਆ ਕਿ ਸਟਾਰਟ ਹੋਈ ਆ 10 ਦਿਨ ਪਹਿਲਾਂ ਤੋਂ, ਮੇਰੇ ਨਾ ਦੋਨੋਂ ਸ਼ੋਲਡਰਸ 'ਤੇ, ਪਹਿਲਾਂ ਨਾ ਮੈਂ ਇੱਕ ਦਿਨ ਬੈਂਚ ਪ੍ਰੈਸ ਲਾਉਣ ਲੱਗਾ, ਮੇਰੇ ਤੋਂ ਰੋਡ ਵੀ ਨਹੀਂ ਚੱਕ ਹੋਈ ਸ਼ੋਲਡਰਸ ਕਰਕੇ, ਠੀਕ ਆ, ਫਲੈਟ ਬੈਂਚ ਲਾਉਣ ਲੱਗਾ ਬਿਲਕੁਲ, ਫਿਰ ਮੈਂ ਡੀਕਲਾਈਨ 'ਤੇ ਹੌਲੀ ਹੌਲੀ ਕਰਕੇ ਚੈਸਟ ਲਾ ਲਈ, ਉਸ ਤੋਂ ਬਾਅਦ ਥੋੜ੍ਹਾ ਕੁ ਮੈਨੂੰ ਵਰਕਆਊਟ ਟਾਈਮ ਠੀਕ ਹੋ ਗਿਆ। ਬਟ ਰੋਜ਼ ਰਾਤ ਨੂੰ ਕੀ ਹੁੰਦਾ ਆ ਕਿ ਜਿਹੜਾ ਪਾਸਾ ਮੈਂ ਲਿਆ ਹੁੰਦਾ, ਸਪੋਜ਼ ਜਿਹੜਾ ਇੱਕ ਸ਼ੋਲਡਰ ਥੱਲੇ ਆ, ਉਹ ਇੰਨਾ ਕੁ ਪੇਨ ਕਰਨਾ ਸਟਾਰਟ ਕਰ ਦਿੰਦਾ ਆ, ਬਾਅਦ 'ਚ ਦੂਜਾ ਪੇਨ ਜਿੱਦਾਂ ਸਾਈਡ ਬਾਈ ਸਾਈਡ ਕਰਦੇ ਰਹਿੰਦੇ, ਪੇਨ ਬਹੁਤ ਜ਼ਿਆਦਾ ਪੇਨ ਕਰਦੇ ਕਿ ਮੈਨੂੰ ਉੱਠਣਾ ਹੀ ਪੈ ਜਾਂਦਾ ਆ, ਉਸ ਤੋਂ ਹੱਟ ਕੇ ਮੇਰੀ ਲੋਅਰ ਬੈਕ ਆ, ਮਤਲਬ 2-3 ਵਾਰੀ ਮੈਂ ਝੁੱਕ ਜਾਵਾਂ ਬਹੁਤ ਜ਼ਿਆਦਾ ਟਾਈਟ ਹੋ ਜਾਂਦੀ ਆ, ਬਹੁਤ ਜ਼ਿਆਦਾ ਸਟਿਫ ਹੋ ਜਾਂਦੀ ਆ, ਜ਼ਿੰਦਗੀ 'ਚ ਮੇਰੇ ਕਦੇ ਨਹੀਂ ਇੱਦਾਂ ਹੋਇਆ, ਫਸਟ ਟਾਈਮ ਹੋ ਰਿਹਾ ਆ। ਇਹ ਸਾਰੀ ਨਾ ਸਟਿਫਨੈਸ ਕਰਕੇ ਇੱਦਾਂ ਹੋਇਆ ਵਾ, ਕਿਉਂਕਿ ਬਹੁਤ ਜ਼ਿਆਦਾ ਸਟਿਫਨੈਸ ਕਰਕੇ ਮਸਲ ਮਤਲਬ ਪ੍ਰੋਪਰ ਰਿਲੀਜ਼ ਜਿੱਦਾਂ ਹੈ ਨਹੀਂ ਗਏ, ਫਲੈਕਸੀਬਲ ਨਹੀਂ ਹੈਗੇ ਆਪਾਂ, ਜਦੋਂ ਵੀ ਪੋਜ਼ਿੰਗ ਜਾਂ ਕੁਛ ਵੀ ਚੈਸਟ ਵੀ ਅਗਰ ਲਗਾਉਂਦੇ ਹਾਂ ਤਾਂ ਪ੍ਰੋਪਰ ਸ਼ੋਲਡਰ ਮੂਵ ਨਹੀਂ ਕਰ ਪਾ ਰਹੇ, ਜਿਹਦੇ ਕਰਕੇ ਬਲੱਡ ਸਰਕੂਲੇਸ਼ਨ ਮਤਲਬ ਸਲੋ ਵੀ ਹੈਗੀ ਹੈ, ਠੀਕ ਆ, ਉਹ ਵੀ ਆਪਾਂ ਕਹਿ ਸਕਦੇ ਹਾਂ, ਕਿਉਂਕਿ ਦੇਖੋ ਬਹੁਤ ਜ਼ਿਆਦਾ ਬੋਡੀ ਹਾਰਡ, ਅਤੇ ਇਹ ਇੱਦਾਂ ਨਹੀਂ ਹੋਣਾ ਚਾਹੀਦਾ, ਇਹਦੇ ਕਰਕੇ ਪੇਨ ਕਿਸੇ ਨੂੰ ਵੀ ਆ ਸਕਦੀ ਹੈ, ਕੋਈ ਵੀ ਜ਼ਰੂਰੀ ਨਹੀਂ ਕਿ ਭਰਾਵਾ, ਬਾਕੀ ਵੀ ਕੋਈ ਵੀ ਆਪਣੇ ਵੀਰ ਭਰਾ ਹੋਣਗੇ ਜਿਨ੍ਹਾਂ ਦੇ ਐਕਸਰਸਾਈਜ਼ ਲਾਉਂਦੇ ਵਕਤ ਬਹੁਤ ਜ਼ਿਆਦਾ ਮਤਲਬ ਪੇਨ ਹੋ ਜਾਂਦੀ, ਕਈ ਵਾਰੀ ਆਪਾਂ 90 ਡਿਗਰੀ ਤੱਕ ਨਹੀਂ ਜਾ ਪਾਉਂਦੇ, ਇਸ ਕਰਕੇ ਇਹਨੂੰ ਆਪਾਂ ਰਿਲੀਜ਼ ਕਰਾਂਗੇ ਜਲਦੀ। ਇੰਨੀ ਕੁ ਮੈਕਸੀਮਮ ਪੇਨ ਆ ਨਾ ਸੱਚੀ, ਚੀਕੇ ਕਢਾ ਦਿੰਦੀ ਆ ਕਿ ਰਾਤ ਨੂੰ ਨਾ ਜਦੋਂ ਮੈਂ ਸੁੱਤਾ ਹੁੰਦਾ ਮੈਨੂੰ ਉੱਠ ਕੇ ਬਹਿਣਾ ਪੈ ਜਾਂਦਾ, ਮਲਣਾ ਪੈਂਦਾ, ਕੁਛ ਇੱਦਾਂ ਕਰਨਾ ਪੈਂਦਾ ਨਾ, ਬਟ ਤੁਹਾਨੂੰ ਮੈਂ ਕੰਡੀਸ਼ਨ ਵੀ ਦੱਸਿਆ ਕਿਉਂਕਿ ਜਿਸ ਕੰਡੀਸ਼ਨ 'ਚ ਮੈਂ ਹੈਗਾ ਨਾ ਕਦੇ ਮੈਂ ਆਪਣਾ ਮਸਲ ਇਸ ਲੈਵਲ ਤੱਕ ਲੈ ਕੇ ਨਹੀਂ ਗਿਆ, ਸੋ ਕਿਤੇ ਨਾ ਕਿਤੇ ਹੈ ਨਾ ਉਹ ਆਪਣਾ ਮਸਲ ਮੈਕਸੀਮਮ ਸਟੇਜ ਤੱਕ ਗਿਆ ਹੋਇਆ, ਉਸ ਕਰਕੇ ਨਾ ਹੁਣ ਉਹਨੂੰ ਥੋੜ੍ਹੀ ਰਿਕਵਰੀ ਵੀ ਚਾਹੀਦੀ ਆ, ਅੱਗੇ ਮੈਂ ਰਿਕਵਰੀ ਨਿਊਟ੍ਰੀਸ਼ਨਲੀ ਕਰ ਲੈਂਦਾ ਹੁੰਦਾ, ਬਟ ਇਸ ਵਾਰੀ ਲੋੜ ਪੈ ਚੁੱਕੀ ਆ, ਅਤੇ ਦੇਖੋ ਹੁਣ ਤੁਸੀਂ ਸਾਰੇ ਕਲਿਪਸ। ਜ਼ਰੂਰੀ ਆ ਦੋਸਤੋ, ਕਿਉਂਕਿ ਬਲੱਡ ਫਲੋ ਰੁਕ ਜਾਂਦਾ, ਮਸਲ ਉੱਥੇ ਰੁਕ ਜਾਂਦਾ,
ਸਭ ਤੋਂ ਜ਼ਰੂਰੀ ਹੁੰਦਾ ਰਿਲੈਕਸ ਕਰਨਾ ਮਸਲ। ਬਿਲਕੁਲ ਮੈਂ ਇਹਨਾਂ ਨੂੰ ਨਾ ਪਿਛਲੇ ਬਲੌਗ 'ਚ ਪਿਛਲੇ ਤੋਂ ਪਿਛਲੇ ਬਲੌਗ 'ਚ ਦੱਸਿਆ ਕਿ ਵਾਟ ਇਜ਼ ਰਿਕਵਰੀ ਦੈਟਸ ਇਟ। ਜੇ ਮੈਂ ਕਿਹਾ ਜੇ ਤੁਸੀਂ ਇਹ ਨਾ ਰਿਕਵਰੀ ਵਰਡ ਸਮਝ ਗਏ ਇਟ ਮੀਨਸ ਤੁਸੀਂ ਸਾਰੀ ਬੋਡੀ ਬਿਲਡਿੰਗ ਸਮਝ ਗਏ। ਜੇ ਤੁਸੀਂ ਇੰਨਾ ਐਕਸਰਸਾਈਜ਼ ਲਾ ਕੇ ਜੇ ਮਸਲ ਨੂੰ ਰਿਲੈਕਸ ਨਹੀਂ ਕੀਤਾ ਪ੍ਰੋਪਰ ਜੇ ਮਸਲ ਨੇ ਗਰੋ ਨਹੀਂ ਕਰਨਾ। ਜੇ ਇਹਨਾਂ ਨੇ ਇਕੱਲਾ ਸਪਲੀਮੈਂਟ 'ਤੇ ਜੇ ਮੈਂ ਇਕੱਲਾ ਸਪਲੀਮੈਂਟ 'ਤੇ ਬੇਸਡ ਹੋਵਾਂ ਤਾਂ ਮੈਂ ਇੰਨੀ ਪੇਨ ਕਿਉਂ ਲਵਾਂ। ਇਹ ਚੀਜ਼ ਸੋਚਣ ਵਾਲੀ ਹੁੰਦੀ ਹੈ ਕਿ ਇਹ ਕੋਈ ਸੋਚਾ ਨਹੀਂ ਆ, ਇਹ ਬਹੁਤ ਪੇਨ ਆ। ਸੋ ਜਿਹੜੇ ਬੰਦੇ ਕਹਿੰਦੇ ਆ ਵੀ ਡੱਬਾ ਖਾਧਾ ਤਾਂ ਦੁਨੀਆਂ ਭੁੱਲ ਜਾਓ, ਡੱਬੇ ਦਾ ਬ੍ਰਾਂਡ ਦੱਸ ਦਿਓ ਤਾਂ ਦੁਨੀਆਂ ਭੁੱਲ ਜਾਓ, ਬਸ ਉੱਚੀ ਸਰੀਰ ਆ। ਮੇਰੀ ਗਲਤੀ ਪਤਾ ਕਿਉਂ ਆ? ਕਿਉਂਕਿ ਨਾ ਮੈਂ ਸੋਚ ਤੇ ਲਿਆ ਸੀਗਾ ਕਿ ਇਸ ਟਾਈਮ ਬੈਸਟ ਕਰਦਾ ਹੀ ਕਰਨਾ, ਬੈਸਟ ਕਰ ਵੀ ਲਿਆ, ਬਟ ਰਿਕਵਰੀ ਟਾਈਮ ਆ ਕੇ ਮੈਂ ਇਕੱਲਾ ਉਹੀ ਨੌਲੇਜ 'ਤੇ ਰਹਿ ਗਿਆ ਜਿਹੜੀ ਨੌਲੇਜ ਤੱਕ ਮੇਰਾ 95 ਵੇਟ ਸੀ। ਸੋ ਇਸ ਵਾਰੀ ਮੇਰਾ 98 ਤੱਕ ਵੇਟ ਗਿਆ, 3 ਕਿਲੋ ਗੇਨ ਕੀਤਾ, ਬਟ ਉਹ ਚੱਕਰ ਇਹੀ ਪੈ ਗਿਆ ਕਿ ਮੈਂ ਰਿਕਵਰੀ ਨਹੀਂ ਕਰ ਸਕਿਆ, ਸਟੈਚਿੰਗ ਨਹੀਂ ਕਰ ਸਕਿਆ ਪ੍ਰੋਪਰਲੀ। ਸੋ ਜਦੋਂ ਤੱਕ ਮਸਲ ਤੁਹਾਡਾ ਮਸਲ ਸਟਿਫ ਹੈ ਨਾ, ਉਹ ਕਦੇ ਰਿਕਵਰ ਨਹੀਂ ਹੋਊਗਾ, ਕਦੇ ਗਰੋ ਨਹੀਂ ਕਰੂਗਾ, ਸਗੋਂ ਤੁਹਾਨੂੰ ਪੇਨ ਹੀ ਇਕੱਲੀ ਦਊਗਾ, ਹੋਰ ਕੁਛ ਨਹੀਂ ਹੋਣਾ ਉਹਦਾ। ਭਾਵੇਂ 100,000 ਪ੍ਰੋਟੀਨ ਲੈ ਲਓ, ਭਾਵੇਂ ਜੋ ਮਰਜ਼ੀ ਲੈ ਲਓ, ਮੈਂ ਪਹਿਲਾਂ ਨਿਊਟ੍ਰੀਸ਼ਨਲੀ ਚੀਜ਼ਾਂ ਲੈ ਲੈ ਕੇ ਰਿਕਵਰ ਕਰਦੇ, ਬਟ ਨਹੀਂ ਹੋਈ ਗੱਲਬਾਤ, ਇਸ ਵਾਰੀ ਨਹੀਂ ਬਣੀ, ਇੱਥੇ ਆਉਣਾ ਹੀ ਪਿਆ। ਜਿੱਦਾਂ ਮਸਲ ਬਹੁਤ ਜ਼ਿਆਦਾ ਸਟਿਫ ਹੋ ਜਾਂਦਾ ਅਤੇ ਜਿੱਥੇ ਕਈ ਵਾਰੀ ਸਾਡੀ ਬੋਡੀ 'ਚੋਂ ਨੋਟ ਵਗੈਰਾ ਵੀ ਨਿਕਲ ਆਉਂਦਾ, ਨੋਟ ਨੂੰ ਕੱਢਣ ਲਈ ਫਿਰ ਆਪਾਂ ਵੈਟ ਕਪਿੰਗ ਯੂਜ਼ ਕਰਦੇ ਹਾਂ। ਓਕੇ, ਕਪਿੰਗ ਦੇ ਥਰੂ ਉਹ ਨੋਟ ਨੂੰ ਕਲੀਅਰ ਕਰ ਦਿੰਦਾ। ਵੈਟ ਕਪਿੰਗ 'ਚ ਕੀ ਹੁੰਦਾ? ਵੈਟ ਕਪਿੰਗ 'ਚ ਇੱਦਾਂ ਹੁੰਦਾ ਕਿ ਜਿਹੜਾ ਨੋਟ ਹੈ ਨਾ, ਹਾਂਜੀ, ਉਹ ਅਸੀਂ ਹਲਕਾ ਜਿਹਾ ਸਰਜੀਕਲ ਬਲੇਡਸ ਨਾਲ ਕੱਟ ਲਗਾ ਕੇ ਉਹਨੂੰ ਬਾਹਰ ਕੱਢ। ਓਕੇ, ਠੀਕ ਹੈ। ਫਿਰ ਜਿਹੜਾ ਤੁਹਾਡਾ ਬਲੱਡ ਸਰਕੂਲੇਸ਼ਨ ਆ ਉਹ ਦੁਬਾਰਾ ਮਤਲਬ ਸਟਾਰਟ ਹੋ ਜਾਏ, ਸਟਾਰਟ ਹੋ ਜਾਏ ਅਤੇ ਮਸਲ ਨੂੰ ਪ੍ਰੋਪਰ ਬਲੱਡ ਪਹੁੰਚਣਾ ਸ਼ੁਰੂ ਹੋ ਜਾਏਗਾ। ਓਕੇ, ਠੀਕ ਹੈ, ਅਤੇ ਮਸਲ ਗੇਨਿੰਗ ਮਤਲਬ ਪ੍ਰੋਸੈਸ ਉਹਦਾ ਫਿਰ ਸ਼ੁਰੂ ਹੋ ਜਾਏਗਾ, ਰਿਕਵਰੀ ਸ਼ੁਰੂ। ਜੇ ਤੁਹਾਡੀ ਬੋਡੀ 'ਚ ਨੋਟ ਬਥੇ ਬਹੁਤ ਜ਼ਿਆਦਾ ਵਾ, ਫਿਰ ਤੁਸੀਂ ਮੈਂ ਕਹਿੰਦਾ ਕਿ ਕਦੇ ਗੇਨ ਨਹੀਂ ਕਰ ਸਕਦੇ, ਤੁਹਾਡੇ ਮਸਲ ਦੀ ਜਿਹੜੀ ਡੈਫੀਨੇਸ਼ਨ ਆ ਉਹ ਉੱਦਾਂ ਦੀ ਨਹੀਂ ਬਣੀ। ਮੇਰੇ ਹੈਗਾ ਕੋਈ? ਨਹੀਂ, ਹਜੇ ਤਾਂ ਨਹੀਂ ਹੈਗਾ ਇੱਦਾਂ ਦਾ ਕੋਈ, ਜੇ ਮੈਨੂੰ ਕੋਈ ਸ਼ੋਲਡਰ ਟ੍ਰੈਪਸ ਦੇ ਵਿੱਚ ਹਜੇ ਤੱਕ ਮੈਨੂੰ ਕੁਛ ਵੀ ਨਜ਼ਰ ਨਹੀਂ ਆਇਆ, ਪਰ ਆਪਾਂ ਬਾਕੀ ਕਪਿੰਗ ਜਦੋਂ ਕਰਾਂਗੇ ਜੇ ਕੋਈ ਚੀਜ਼ ਇੱਦਾਂ ਦੀ ਨਿਕਲੀ ਤਾਂ ਫਿਰ ਆਪਾਂ ਨੂੰ ਰਿਮੂਵ ਕਰ ਦਿੰਦੇ। ਰਿਮੂਵ ਕਰ, ਠੀਕ ਹੈ। ਗਰਮੀ ਦੇਖੀ ਬੜੀ ਆ, ਇੱਥੇ ਆ ਗਿਆ ਵਾ, ਲੈ ਲਓ ਮੈਨੂੰ ਇਹ ਨਾਲ ਚੱਲਦਾ ਮੈਂ ਰਾਤ ਨੀ ਭਰਾਵਾ ਪੈਣ ਸਹਿ ਲੈਂਦਾ। ਆਏ ਰੱਬਾ ਮਰ ਗਿਆ ਵੇ।
ਬਾਬਾ ਜੀ ਰਾਈਟ ਟ੍ਰੀਟਮੈਂਟ ਹੋ ਜਾ ਮੈਂ ਜਿਹੜਾ ਕਿਹਾ ਨਾ ਕਿ ਪੇਨ ਹੁੰਦੀ ਪੇਨ ਨਹੀਂ ਹੁੰਦੀ ਐਕਚੁਅਲੀ ਉਹ ਹੁੰਦਾ ਆ ਦੂਜਾ ਰਿਲੈਕਸ ਸਟ੍ਰੈਚ ਹੋ ਰਹੇ ਹੁੰਦੇ ਮਤਲਬ ਜਿੰਨੀ ਕੁ ਤੁਹਾਡੀ ਪੇਨ ਸਟ੍ਰੈਚਿੰਗ ਟਾਈਮ ਹੁੰਦੀ ਹੈ ਨਾ ਮਤਲਬ ਉੱਨੀ ਕੀ ਹੁੰਦੀ ਕੋਈ ਜ਼ਿਆਦਾ ਨਹੀਂ ਹੁੰਦੀ ਇਹ ਤਾਂ ਤੁਹਾਡੇ ਇੰਟਰਟੇਨਮੈਂਟ ਵੀ ਥੋੜ੍ਹੇ ਡਾਇਲੋਗ ਮਾਰਦਾ ਬਟ ਹਾਈਲੀ ਰਿਕਮੈਂਡੇਬਲ ਆ ਜਿਹੜੀ ਨੌਲੇਜ ਉਹ ਸਭ ਤੋਂ ਬੈਸਟ ਆ ਕਿਉਂਕਿ ਕਈ ਵੀਰ ਤਾਂ ਬਾਈ ਦੱਸਦਾ ਕਿ 10-10 ਮਿੰਟ 20-20 ਮਿੰਟ ਲਾਈ ਰੱਖਦੇ ਕੀ ਫਾਇਦਾ ਜੇ ਤੁਹਾਨੂੰ 3 ਮਿੰਟ 'ਚ ਮਤਲਬ ਪ੍ਰੋਪਰ ਵਰਕ ਕਰ ਰਿਹਾ ਹੈ ਨਾ ਕਿਉਂਕਿ ਹੈ ਨਾ ਰਿਜ਼ਲਟ ਆ ਰਿਹਾ ਕਿਉਂਕਿ ਸਕਿਨ ਟੂ ਸਕਿਨ ਵੈਰੀ ਕਰਦੀ ਹੈ ਜਿਹੜੇ ਹੁਣ ਵਿਚਾਰੇ ਸਕਿਨ ਨਹੀਂ ਪਤਾ ਉਹਨਾਂ ਨੂੰ ਕੀ ਲੋੜ ਹੈ 20-20 ਮਿੰਟ ਦੀ ਸਬਸਕ੍ਰਾਈਬਰ ਹੋ ਗਿਆ ਉਦਣ ਹੀ ਆਪਾਂ ਗਿਵ ਐਂਡ ਕਰ ਦੇਣਾ ਸੋ ਇਸ ਗਿਵਵੇ ਲਈ ਜੋ ਪ੍ਰਾਈਜ਼ ਆ ਉਹ ਹੈਗੇ ਆ 3 ਵਿਨਰਸ ਨੂੰ ਸਪਲੀਮੈਂਟ ਸਟੈਕ ਦੇਣੇ ਪ੍ਰੋਪਰ ਸਪਲੀਮੈਂਟ ਸਟੈਕ ਜਿਹ 'ਚ 5 ਸਪਲੀਮੈਂਟਸ ਹੋਣਗੇ ਪਹਿਲਾਂ ਵੀ ਤੁਹਾਨੂੰ ਦੱਸਿਆ ਆ ਪਹਿਲਾਂ ਵੀ ਦਿੱਤੇ ਹੋਏ ਆ ਸੋ ਉਸੇ ਕਰਕੇ ਤੁਸੀਂ ਡਿਮਾਂਡ ਕਰ ਰਹੇ ਸੀਗੇ ਇਸ ਤੋਂ ਹਟ ਕੇ ਜੋ ਇਹਦੀਆਂ ਕੰਡੀਸ਼ਨਸ ਆ ਉਹ ਇਹ ਆ ਸਭ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਸੈਕਿੰਡ ਥਿੰਗ ਤੁਸੀਂ 50K ਸਬਸਕ੍ਰਾਈਬਰ ਕਰਨੇ ਆ ਜਿਹੜੀ ਮਰਜ਼ੀ ਹਾਲਾਤ 'ਚ ਪਲੱਸ ਜੋ ਤੋਂ ਇਹ ਗਿਵਵੇ ਸਟਾਰਟ ਹੋ ਰਿਹਾ ਤੁਸੀਂ ਹਰੇਕ ਵੀਡੀਓ 'ਤੇ ਹਰੇਕ ਵਲੌਗ 'ਤੇ 25 ਕਮੈਂਟਸ ਕਰਨੇ ਆ ਅਤੇ ਲਾਈਕ ਕਰਨਾ ਆ ਚੈਨਲ ਨੂੰ ਇਸ ਤੋਂ ਹਟ ਕੇ ਇੰਸਟਾਗ੍ਰਾਮ ਦੇ ਪੇਜ ਨੂੰ ਵੀ ਫੋਲੋ ਕਰਨਾ ਬਸ ਇਹੀ ਇੱਕ ਕੰਡੀਸ਼ਨਸ ਆ ਜਿਹੜਾ ਬੰਦਾ ਇਸ ਕੰਡੀਸ਼ਨ ਨੂੰ ਇੱਕ ਵੀ ਕੰਡੀਸ਼ਨ ਨੂੰ ਫੋਲੋ ਨਹੀਂ ਕਰਦਾ ਹੋਊਗਾ ਉਹ ਡਿਸਕੁਆਲੀਫਾਈ ਹੋ ਜੂਗਾ ਐਟ ਲਾਸਟ 'ਤੇ ਜਾ ਕੇ ਸੋ ਅੱਜ ਤੋਂ ਗਿਵਵੇ ਸਟਾਰਟ ਆ ਸੋ ਸਾਰੇ ਜਣੇ ਪਾਰਟੀਸਪੇਟ ਕਰੋ ਛੇਤੀ ਤੋਂ ਛੇਤੀ 50K ਸਬਸਕ੍ਰਾਈਬਰ ਕਰੋ ਥੈਂਕ ਯੂ ਪੈਸਾ ਹੀ ਪੈਸਾ ਹੋ ਗਿਆ ਦਲ ਵੀ ਦੂਜੇ ਏਰੀਆ ਆ ਗਿਆ ਅਤੇ ਅਸੀਂ ਵੀ ਦੂਜੀ ਏਰੀਆ ਆ ਗਿਆ ਜਲੰਧਰ 2 ਘੰਟੇ ਦੀ ਰੈਸਟ ਤੋਂ ਬਾਅਦ ਸੋ ਜਿਮ ਦੀ ਲਿਫਟ ਓਪਨ ਕਰਨ ਲੱਗੇ ਹਾਂ ਅਤੇ ਹੁਣ ਤੁਹਾਨੂੰ ਅਸੀਂ ਦੱਸਾਂਗੇ ਪ੍ਰੋਪਰ ਰਿਜ਼ਲਟ ਕੀ ਆਇਆ ਕਪਿੰਗ ਥੈਰੇਪੀ ਦਾ ਸੋ ਯੈਸ ਆਪਾਂ ਵਰਕਆਊਟ ਲਾਉਣ ਦੇ ਕਾਬਿਲ ਹੋ ਗਏ ਹਾਂ ਅਤੇ ਰਿਲੈਕਸ ਫੀਲ ਕਰ ਰਹੇ ਹਾਂ ਸ਼ੋਲਡਰ ਵੀ ਆਪਣੇ ਨੋਰਮਲ ਆ ਕਾਫੀ ਨੋਰਮਲ ਆ 5-10% ਮਾੜੇ ਮੋਟੇ ਫੀਲ ਹੁੰਦੇ ਆ ਬਟ ਕੋਈ ਮੇਜਰ ਨਹੀਂ ਆ ਅਤੇ ਹੋਪਫੁਲੀ ਅੱਜ ਵਰਕਆਊਟ ਦਾ ਆਪਾਂ ਪੂਰੇ ਤਸੱਲੀਆਂ ਕਰਾਵਾਂਗੇ ਅਤੇ ਬਾਕੀ ਦੇਖੀ ਚੱਲੋ ਕੀ ਬਣਦਾ ਅਤੇ ਕੀ ਨਹੀਂ ਬਸ ਇਹੀ ਇੱਕ ਟੈਸਟਿੰਗ ਕਰਨ ਲੱਗੇ ਹਾਂ ਕਿੱਥੋਂ ਕੀ ਹੁੰਦਾ ਕਿੱਥੋਂ ਕੀ ਨਹੀਂ ਬਣੇ ਰਹੋ ਦਿਖਾਉਂਦੇ ਤੁਹਾਨੂੰ ਸਾਰਾ ਕੁਛ ਅੱਗੇ ਸੋ ਪ੍ਰੀ ਵਰਕਆਊਟ ਵਗੈਰਾ ਲੈ ਲਿਆ ਸਾਰਾ A to Z ਚਾਰਜ ਅਪ ਹੋ ਗਏ ਹਾਂ ਅਤੇ ਹੁਣ ਬਸ ਥੱਲੇ ਚੱਲੇ ਹਾਂ ਸਿੱਧਾ ਜਾ ਕੇ ਹੁਣ ਵਰਕਆਊਟ ਹਿੱਟ ਕਰਕੇ ਦੇਖਦੇ ਹਾਂ ਕਿ ਹਾਂ ਵੀ ਪਾਵਰ 'ਚ ਫਰਕ ਪਿਆ ਜਾਂ ਕੀ ਫਰਕ ਪਿਆ ਆ ਸੋ ਤੁਹਾਨੂੰ ਸਾਰਾ ਕੁਛ A to Z ਆਪਾਂ ਤੁਹਾਨੂੰ ਦੱਸਾਂਗੇ ਅਤੇ ਚਲੋ ਚੱਲਦੇ ਹਾਂ ਥੱਲੇ ਹੁਣ ਸਿੱਧਾ ਵਰਕਆਊਟ 'ਤੇ ਸੋ ਬਸ ਬਾਬਾ ਜੀ ਪਹੁੰਚ ਗਏ ਹੋਰ ਵੀਰ ਕਿੱਦਾਂ ਬਾਈ ਠੀਕ ਹੋ ਬਸ ਬਾਈ ਯਾਰ ਕਪਿੰਗ ਥੈਰੇਪੀ ਕਰਾਉਣ ਚੱਲ ਗਏ ਜੀ ਅੱਜ ਤੁਹਾਨੂੰ ਧੱਕ ਪਾ ਕੇ ਦਿਖਾਉਂਦੇ ਹਾਂ ਯਾਰ ਅੱਜ ਜ਼ੋਰ ਜੀ ਮੈਂ ਛੋੜੀ ਪੂਰੀ ਠੋਕ ਕੇ ਅੱਜ ਦੇਖਿਆ ਕਿੱਥੇ ਤੱਕ ਜਾਂਦਾ ਯਾਰ ਜ਼ੋਰ ਜੱਟ ਦਾ ਭਾਈ ਮਜ਼ਾ ਆਇਆ ਹਜੇ ਨਾ ਜਿੱਥੇ ਕਪਿੰਗ ਥੈਰੇਪੀ ਹੋਈ ਆ ਉੱਥੇ ਬਹੁਤ ਸਾੜ ਪੈ ਰਿਹਾ ਬਹੁਤ ਸਾੜ ਪੈ ਰਿਹਾ ਜੋ ਥੱਲੇ ਆ ਨਾ ਹੋਰ ਕੁਛ ਨਹੀਂ ਹੋ ਰਿਹਾ ਬਾਕੀ ਬਾਡੀ ਪੂਰੀ ਰਿਲੈਕਸ ਹੈ ਜਿੱਥੇ ਨਾ ਕੱਪ ਇੰਸਟਾਲਡ ਸੀਗੇ ਉੱਥੇ ਬਹੁਤ ਪੇਨ ਹੋ ਰਹੀ ਆ ਉੱਦਾਂ ਨਹੀਂ ਮਸਲ ਪੇਨ ਨਹੀਂ ਆ ਮਸਲ ਪੇਨ ਪੂਰੀ ਓਕੇ ਆ ਸ਼ੋਲਡਰ ਬਿਲਕੁਲ ਫਾਈਨ ਆ ਦਿਖਾਉਣੀ
ਸੈੱਟ ਆ ਕਪਿੰਗ ਤੇ ਬਹੁਤ ਸਾਰ ਪਿੰਦਾ ਪਿਆ ਜਿੱਦਾਂ ਕਰੀ ਫੇਰ ਥੱਲੇ ਮੈਨੂੰ ਮਰ ਪ੍ਰੋਸੈਸ ਆ ਥੋੜਾ ਲੱਗ ਗਿਆ ਖੁੱਲੇ ਮੈਦਾਨ ਚ ਆਉਣਾ ਆ ਮਿੱਟੀ ਜਾਣਾ ਨਹੀਂ ਪੈਂਦਾ इन्हां दे रिएक्शन देखते हुण कप्स दे पता नहीं हुण इन्हां ने की कहना कि ये की लगा उदा ना मैं टी शर्ट नहीं रिमूव करता तुहानू पता ही है जिम च बट पेन बहुत हो रही है साड़ पैन डिया जिथे इतने कप लगे बाकी भाई हूँ आ गए धक्का देने आप बंदा चाहिए अग ला दू वाला देखो 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 जादू भाई ने हम चौक चौक कैम मार रही है आयो भैन बाहुबली ने रोकया नहीं सी पशु उन्हें इन्हें रोकया बाकी गिव अवे ली 25 कमेंट हरेक बंदा करो फे पास है तुसी नहीं तो नहीं घोड़ा बना दे माड़ा संघा दे बी ने प्लेट बिकी कर देनी गया 160
तो हाँ जी गाइस आई एम मोर देन हैप्पी जिदा तुम देखा ही अज तो मैं अपने परसनल रिकॉर्ड्स ही तोड़ते कि अज तो सारे हैरान किए अच्छ सारे हैरान करते मतलब 70% बंदे मेरे तो प्रॉपर कॉन्टैक्ट लेके गए तो इस तो हट के छोड़ो ये गलों तो मसल रिकवर करने लिए अपने सुपने साकार करने लिए डू पार्टीसपेट इन गिव अवे बिकॉज सिर्फ तो सिर्फ थोड़े करके थोड़ी डिमांड करके आप फिर तो स्टार्ट किया तो 650K होने वाले उस तो बाद डेली ब्लॉग्स सो सारे जने कंडीशन चैक कर लियो कमेंट्स करो लाइक करो सबसक्राइब करो तो इंस्टाग्राम से जाके फॉलो कर लियो इस तो हट के बाई का जोड़ा बाई का अपनी नॉलेज आ बाई का इंस्टाग्राम है जो भी वो हैगी सारा कुछ ए टू जैड डिस्क्रिप्शन दिता है सो मिलते हैं अगले ब्लॉग लिए एप्रीशिएट करो इन्ना मेहनत करके थोड़े लिए कंटेंट बना रहा रेगुलर कंटेंट बना रहा थोड़े लिए गिफ्ट्स लेके आ रहा है सो सबसक्राइब करना ना भूलो मिलते हैं अगले ब्लॉग लिए टिल देन बाय 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 चको